ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਜੁਗ ਚਾਰੇ ਆਰ ਜਾ ਹੋਰ ਦਸ਼ੂਨੀ ਹੋਈ ਜੇ ਕਿਸੇ ਦੀ ਉਮਰ ਚਾਹ ਜੁਗਾ ਜਿੰਨੀ ਹੋ ਜਾਵੇ ਬਲਕਿ ਉਸ ਤੋਂ ਵੀ 10 ਗੁਣਾ ਹੋਰ ਹੋ ਜਾਵੇ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਉਸ ਨੂੰ ਪ੍ਰਿਥਵੀ ਦੇ ਨੌਂਾ ਹਿੱਸਿਆਂ ਭਾਵ ਨੌਂਾ ਖੰਡਾਂ ਵਿੱਚ ਹਰ ਕੋਈ ਜਾਣਦਾ ਹੋਵੇ ਹਰੇਕ ਹੀ ਉਸ ਦੇ ਮਗਰ ਲੱਗ ਤੁਰੇ ਚੰਗਾ ਨਾਮ ਰਖਾਈ ਕੇ ਜਸ ਕੀ ਰਤ ਜਗ ਲਈ ਉਹ ਚੰਗਾ ਨਾਮ ਨਾ ਖੱਟ ਕੇ ਸੰਸਾਰ ਵਿੱਚ ਸੋਭਾ ਤੇ ਵਡਿਆਈ ਪ੍ਰਾਪਤ ਕਰ ਲਵੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੇ ਕੇ ਪਰ ਜੇ ਉਹ ਉਸ ਵਾਹਿਗੁਰੂ ਦੀ ਦਇਆ ਦ੍ਰਿਸ਼ਟੀ ਦਾ ਪਾਤਰ ਨਹੀਂ ਤਾਂ ਉਸ ਦੀ ਕੋਈ ਵੀ ਪਰਵਾਹ ਨਹੀਂ ਕਰੇਗਾ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਐਸੇ ਮਨੁੱਖ ਉਪਰ ਨਾਮ ਨੂੰ ਭੁੱਲਣ ਦਾ ਜੁਰਮ ਲਾ ਕੇ ਦੋਸ਼ੀ ਠਰਾਇਆ ਜਾਵੇਗਾ ਉਸ ਨੂੰ ਕੀੜਿਆਂ ਵਿੱਚੋਂ ਵੀ ਇੱਕ ਮਾਮੂਲੀ ਕੀੜੇ ਦੀ ਜੂਨ ਮਿਲੇਗੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਹੈ ਨਾਨਕ ਵਾਹਿਗੁਰੂ ਗੁਣ ਵਿਹੂਨਿਆਂ ਨੂੰ ਬਲਵਾਨ ਬਣਾਉਂਦਾ ਹੈ ਤੇ ਗੁਣਵਾਨਾਂ ਨੂੰ ਵੀ ਉਹ ਗੁਣ ਬਖਸ਼ਦਾ ਹੈ ਤੇ ਹਾ ਕੋਈ ਉਜੇ ਈ ਜੇ ਤਿਸ ਗਣ ਕੋਈ ਕਰੇ ਪਰ ਇਹੋ ਜਿਹਾ ਕੋਈ ਵੀ ਨਹੀਂ ਦੱਸਦਾ ਕਿ ਜੋ ਰੱਬ ਨੂੰ ਕੋਈ ਗੁਣ ਦੇ ਸਕੇ ਵਾਹਿ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਕੀ